ਕਾਲਜ ਵਿੱਚ ਤੀਆਂ ਦਾ ਤਿਉਹਾਰ ਮਨਾ ਰਹੇ ਹਾਂ। ਸਾਰੇ ਕਾਲਜ ਦੇ ਵਿਦਿਆਰਥੀ ਤੇ ਸਟਾਫ ਮੈਂਬਰਸ ਹਮੇਸ਼ਾ ਹੀ ਤੀਆਂ ਦੇ ਤਿਉਹਾਰ ਤੇ ਆ ਕੇ ਆਪਣਾ ਹਿੱਸਾ ਪਾਉਂਦੇ ਹਨ। ਇਹ ਤਿਉਹਾਰ ਮਨਾਉਣ ਦਾ ਮਕਸਦ ਇਹ ਹੈ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਆਪਣੀ ਸੱਭਿਅਤਾ ਨਾਲ ਜੁੜੇ ਰਹਿਣ, ਉਹਨਾਂ ਨੂੰ ਸਾਰੇ ਰਿਸ਼ਤੇ ਨਾਤੇ ਟ੍ਰੈਡੀਸ਼ਨਲ ਪਹਿਰਾਵਾ ਗਹਿਣੇ ਗੱਟਿਆਂ ਦੇ ਨਾਲ ਨਾਲ ਜ਼ਿੰਦਗੀ ਵਿੱਚ ਕਦਰਾਂ ਕੀਮਤਾਂ ਦੇ ਨਾਲ ਕਿਵੇਂ ਅੱਗੇ ਚੱਲਣਾ ਹੈ ਅਤੇ ਹਰ ਤਰ੍ਹਾਂ ਦੀ ਬੁਰਾਈ ਦਾ ਮੁਕਾਬਲਾ ਕਰਦੇ ਹੋਏ ਸਫਲਤਾ ਕਿਵੇਂ ਹਾਸਲ ਕਰਨੀ ਹੈ, ਇਹ ਹੱਸਦੇ ਖੇਡਦੇ ਵਿਦਿਆਰਥੀ ਹੀ ਸਭ ਕੁਛ ਸਿੱਖ ਲੈਂਦੇ। ਕਾਲਜ ਦੇ ਵਿੱਚ ਅੱਜ ਤੀਆਂ ਦਾ ਤਿਉਹਾਰ ਲੱਗਿਆ ਤੇ ਅਸੀਂ ਆਪਣੇ ਮੈਡਮ ਤੋਂ ਬਹੁਤ ਖੁਸ਼ ਹਾਂ ਕਿ ਹਰੇਕ ਸਾਲ ਸਾਨੂੰ ਇਹ ਪ੍ਰੋਗਰਾਮ ਕਰਾਉਣ ਦੀ ਇਜਾਜ਼ਤ ਦਿੰਦੇ ਨੇ ਤੇ ਸਾਰੀਆਂ ਕੁੜੀਆਂ ਬਹੁਤ ਖੁਸ਼ ਨੇ ਅਸੀਂ ਕਿਤੇ ਵਿੱਚ ਪਾਰਟੀਸਪੇਟ ਕੀਤਾ ਹੈ। ਤੈਨੂੰ ਮੇਰੇ ਵਰਗੀ ਨਹੀਂ ਆਵੇਗਾ।